¡Qué gracia, Mari! ਲਓ ਜੀ ਵਲੌਗ ਨੰਬਰ 49 ਤੇ ਫਿਲਮ ਦੇ ਸੈੱਟ ਤੇ ਆਪਾਂ ਜਾ ਰਹੇ ਹਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਤੇ ਗੁੱਡ ਮਾਰਨਿੰਗ ਸਾਰਿਆਂ ਦੇ। ਤੇ ਟਾਈਮ ਹੋ ਗਿਆ ਜੀ 5 ਵੱਜ ਗਏ ਤੇ ਆਪਾਂ ਚੱਲੇ ਹਾਂ ਜੀ ਸ਼ੂਟ ਤੇ। ਮੂਵੀ ਦਾ ਸ਼ੂਟ ਹੈ ਜੀ, ਜਾ ਕੇ ਸੈੱਟ ਤੇ ਦੇਖਦੇ ਹਾਂ ਕੀ ਬਣਦਾ। ਤੇ ਗੱਡੀ ਆਪਾਂ ਕਰਤੀ ਸਟਾਰਟ ਤੇ ਰਹਿੰਦਾ ਖੂੰਹਦਾ ਆਪਾਂ ਆਪਣੀ ਪੈਕਿੰਗ ਜਿਹੜੀ ਕੀਤੀ ਹੋਈ ਆ ਉਹ ਵਿੱਚ ਰੱਖ ਲਈਏ। ਆ ਜਾਓ ਫਿਰ, ਟੈਚੀ ਪੂਰੀ ਲੋਡ ਆ ਜੀ, ਨਾਲ ਆਪਾਂ ਲਵਾਂਗੇ ਐਪਲ ਜਾਂਦੇ ਜਾਂਦੇ ਖਾਵਾਂਗੇ ਜੀ। ਚੱਲ ਮੇਰੇ ਘੋੜੇ, ਟਿਕ ਟਿਕ ਟਿਕ। ਨਿਕਲ ਗਏ ਜੀ ਆਪਾਂ 5:09 ਤੇ ਪੂਰੇ, ਤੇ ਮੌਸਮ ਬੜਾ ਘੈਂਟ ਹੈ। ਸਵੇਰੇ ਸਵੇਰੇ ਕਈ ਦਿਨ ਚੜ ਗਿਆ ਜੀ ਜਾਂਦੇ ਜਾਂਦੇ, ਬਹੁਤ ਸੋਹਣਾ ਪਿੱਛੇ ਸਨ ਹੈ ਤੇ ਮੌਸਮ ਬੜਾ ਘੈਂਟ ਹੈ, ਥੋੜ੍ਹੀ ਥੋੜ੍ਹੀ ਬਾਰਿਸ਼ ਵੀ ਹੋ ਰਹੀ ਹੈ। ਵਾਹ ਜੀ ਵਾਹ, ਮੌਸਮ ਬੜਾ ਸੋਹਣਾ ਹੋਇਆ ਹੋਇਆ। ਤੁਹਾਨੂੰ ਇੱਕ ਬੰਦੇ ਨਾਲ ਮਿਲਾਉਣਾ, ਰੋਕ ਕੇ ਮਿਲਾਉਣਾ, ਥੋੜ੍ਹਾ ਜਿਹਾ ਜ਼ਰੂਰੀ ਕੰਮ ਕਰ ਰਿਹਾ ਜ਼ਰੂਰੀ। ਮੀਂਹ ਪੈ ਗਿਆ ਥੋੜ੍ਹਾ ਥੋੜ੍ਹਾ। ਲਓ ਜੀ ਮਿਲੋ ਅਮਨ ਕੋਤਿਸ਼ ਬਾਈ, ਘੈਂਟ ਗੱਲਬਾਤ। ਵਧੀਆ ਵਧੀਆ, ਤੁਸੀਂ ਦੱਸੋ ਕਿਵੇਂ ਹੋ? ਤੇ ਵੀਰੇ ਨੂੰ ਤਾਂ ਤੁਸੀਂ ਦੇਖਿਆ ਹੀ ਹੋਣਾ, ਸਾਰੀਆਂ ਫਿਲਮਾਂ ਦੇ ਵਿੱਚ ਵਧੀਆ ਕਿਰਦਾਰ ਨਿਭਾਉਂਦੇ ਨੇ ਹਮੇਸ਼ਾ। ਅਤੇ ਇਸ ਟਾਈਮ ਅਸੀਂ ਸ਼ੂਟ 'ਤੇ ਇਕੱਠੇ ਜਾ ਰਹੇ ਹਾਂ, ਮੌਸਮ ਪੂਰਾ ਘੈਂਟ ਹੈ, ਠੰਡ ਤਾਂ ਨਹੀਂ ਲੱਗ ਰਹੀ। ਚਲੋ ਵੀਰੇ ਫਿਰ ਗੱਡੀ ਚਲਾਓ ਯਾਰ, ਮੈਂ ਥੱਕ ਗਿਆ। ਚਲੋ, ਵਾਇੰਡੀ ਦੇ ਵਿੱਚ ਮਿੱਟੀ ਥੋੜ੍ਹੀ ਜਿਹੀ ਆ ਗਈ ਅਤੇ ਨਾਲ ਦੀ ਨਾਲ ਲੱਗ ਰਿਹਾ ਝਾੜੂ। ਸੋ ਮੇਕਅਪ ਲਈ ਰੈਡੀ ਹੋ ਰਹੇ ਹਾਂ ਵੀਰੇ, ਅਤੇ ਮਾਰ ਪ੍ਰੈਸ਼ਰ ਮਾੜਾ ਜਿਹਾ। ਉਹ ਸਾਹਮਣੇ ਖੜੀ ਆ ਆਪਣੀ ਵੈਨਿਟੀ ਸੁਖੀ ਅੰਟਾਲ ਵੀਰਾ ਹੈ। ਕਹਿੰਦੇ ਸਰਦਾਰੀ ਚ ਮੁੰਡਾ ਫੱਬਦਾ ਹੈ, ਟੇਡੀ ਪੱਗ ਵਾਲੀਆ, ਟੇਡੀ ਪੱਗ ਵਾਲੀਆ, ਛਿੜਕ ਕੇ ਸੈਂਟ ਛਿੜਕ ਕੇ। ਗੱਡੀ ਨੇ ਸਾਨੂੰ ਪਿੱਛੇ ਤਾਰਤਾ ਤੇ ਇੱਥੋਂ ਆਪਾਂ ਥੋੜ੍ਹਾ ਜਾਵਾਂਗੇ ਤੁਰ ਕੇ, ਕਿਉਂਕਿ ਮੋਟਰ ਤੇ ਲੱਗਿਆ ਹੋਇਆ ਸੈੱਟ ਆ, ਇੱਥੇ ਆਊਗੀ ਅੱਜ ਲੜਾਈ, ਡੈਂਗੜ ਡੈਂਗੜ। ਡੈਡ ਫੋਲੋ ਕਰਦਾ ਵੀਰਾ ਹੈ। ਕੀ ਵੀਰੇ ਸੋਲੇ ਖਾਈ ਜਾਂਦਾ? ਸੋਲੇ ਕਿਆ ਬਾਤ ਹੈ ਜੀ, ਕਿਆ ਸੋਲੇ ਖਾਂਦੇ ਜਾਨ ਪਾਉਂਦਾ ਸਰੀਰ, ਹੋਰ ਕਿੰਨੀ ਜਾਨ ਪਾਉਣੀ ਆ ਵੀਰੇ ਹੁਣ ਹੈਂ। ਉਹ ਦੇਖੋ ਜੀ, ਇਹ ਤਾਂ ਹੈ, ਕਹਿੰਦੇ ਜੇ ਵਧੀਆ ਡਾਈਟ ਰੱਖੋਗੇ ਤਾਂ ਹੀ ਫਿਰ ਬੰਦਾ ਤੰਦਰੁਸਤ ਰਹਿੰਦਾ ਅਤੇ ਦੇਖਣ 'ਚ ਵੀ ਸਮਾਰਟ ਲੱਗਦਾ। ਸੋ ਐਵਰੀ ਵਨ ਐਵਰੀ ਵੇਅਰ ਲੁਕਿੰਗ ਸਮਾਰਟ ਬ੍ਰੋ। ਬਾਅਦ ਉਹ ਗੜਾਸੀ ਅਰਜਨ ਵੈਲੀ ਨੇ, ਅਰਜਨ ਵੈਲੀ ਨੇ ਹੈਰ ਜੋੜ ਕੇ ਗੜਾਸੀ ਮਾਰੀ। ਹੋ ਗਈ ਸੈਟਿੰਗ, ਕਰਾਓ ਕਰਾਓ ਭਾਜੀ ਸੈਟਿੰਗ ਕਰਾਓ। ਉਹ ਬੰਦ ਕਰੋ, ਕਿਰਪਾਨਾ ਮੰਗਾਈ ਜਾਂਦੇ ਹੋ ਤੁਸੀਂ, ਐ ਫੋਟੋ ਸ਼ੂਟ ਹੋ ਰਿਹਾ, ਕਿਆ ਬਾਤ ਹੈ ਪਾਰਕ 'ਚ। ਲਓ ਜੀ ਬੈਕ ਦੁਬਾਰਾ ਲੁੱਕ ਅਤੇ ਆਪਣਾ ਹੋ ਗਿਆ ਪੈਕਅਪ, ਜਲਦੀ ਹੋ ਗਿਆ 4 ਵਜੇ, ਕੱਲ੍ਹ ਨੂੰ ਆ ਸ਼ੂਟ। ਅਮਨ ਵੀਰੇ ਤਾਂ ਆ ਗਿਆ ਫਿਰ ਬੈਕ ਉਹੀ ਕੱਪੜਿਆਂ 'ਚ ਹੈ, 4 ਵੱਜ ਗਏ, ਅੱਜ ਦਾ ਹੋ ਗਿਆ ਪੈਕਅਪ। ਓਕੇ ਰਿਪੋਰਟ, ਰੋਟੀ ਖਾ ਲਈਏ ਜੀ, ਰੋਟੀ ਦਾ ਹੋ ਗਿਆ ਟਾਈਮ, ਰੋਟੀ ਖਾ ਕੇ ਅਸੀਂ ਜਾਵਾਂਗੇ ਜੀ ਸ਼ਾਮ ਨੂੰ ਹੋਟਲ ਦੇ ਵਿੱਚ ਪਹੁੰਚ ਗਏ, ਇੱਥੇ ਹੁਣ ਸਾਡਾ ਵਲੌਗ ਹੁੰਦਾ ਖਤਮ।